9 ਪਰਿਵਾਰਾਂ ਨੂੰ ਦੇਣੇ ਸੀਗੇ ਹਾਂਜੀ 9 ਪਰਿਵਾਰਾਂ ਨੂੰ ਔਰ ਇਸੇ ਤਰ੍ਹਾਂ ਜਿੰਨੇ ਜਿੰਨੇ ਬਣਦੇ ਜਾਣਗੇ ਉਨੇ ਉਨੇ ਅਸੀਂ ਹੈਂਡ ਓਵਰ ਕਰਦੇ ਜਾਵਾਂਗੇ ਤੇ ਜੇ ਕੋਈ ਫੈਮਿਲੀ ਦੇ ਆਉਣ ਦੇ ਵਿੱਚ 5-10 ਮਿੰਟ ਦੀ ਡਿਲੇ ਹੋ ਜਾਣੂ ਬਾਅਦ ਦੇ ਵਿੱਚ ਦੇ ਦਿੱਤਾ ਜਾਂਦਾ ਵੇਖੋ ਕਿਸੇ ਵੀ ਫੈਮਿਲੀ ਦਾ ਜਿਹੜਾ ਇਹ ਦੁੱਖ ਹੈ ਜਾਂ ਵਿਛੋੜਾ ਹੈ ਇਹਨੂੰ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾ ਕਿਉਂਕਿ ਜਾਨ ਦਾ ਕੋਈ ਮੋਲ ਨਹੀਂ ਹੁੰਦਾ ਮੋਲ ਹੁੰਦੀ ਹੈ ਲੇਕਿਨ ਸਰਕਾਰ ਦੇ ਪੱਖੋਂ ਇੱਕ ਉਹਨਾਂ ਨੂੰ ਆਪਣੀ ਐਂਪਥੀ ਦਿਖਾਉਣ ਦਾ ਇੱਕ ਤਰੀਕਾ ਹੈ ਵੀ ਅਸੀਂ ਤੁਹਾਡੇ ਨਾਲ ਹਾਂ ਹਮੇਸ਼ਾ ਮੈਂ ਕੱਲ੍ਹ ਜੋ ਗੱਲ ਕਹੀ ਸੀ ਉਹ ਸੋਚ ਸਮਝ ਕੇ ਕਹੀ ਸੀ ਪਰਖ ਕੇ ਕਹੀ ਸੀ ਕਿ ਕੁਝ ਜ਼ਰੂਰੀ ਨਹੀਂ ਹੈ ਕਿ ਅੱਜ ਇਹ ਚੈੱਕ ਦੇ ਕੇ ਇਹ ਸਿਲਸਿਲਾ ਖਤਮ ਹੋ ਗਿਆ ਇਹ ਸਿਲਸਿਲਾ ਸ਼ੁਰੂ ਹੋਇਆ ਕਿਉਂਕਿ ਇਹ ਉਮਰ ਭਰ ਦੀ ਜ਼ਿੰਮੇਵਾਰੀ ਹੈ ਕੱਲ੍ਹ 2 ਬਜ਼ੁਰਗ ਆਏ ਸੀ ਜਿਨ੍ਹਾਂ ਦਾ ਜਵਾਨ ਮੁੰਡਾ ਚਲਾ ਗਿਆ ਕਈ ਛੋਟੇ ਛੋਟੇ ਬੱਚੇ ਹੈ ਜਿਨ੍ਹਾਂ ਦਾ ਸਾਇਆ ਬਾਪ ਚਲਾ ਗਿਆ ਤੋ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਸਮਾਜ ਦੇ ਵਿੱਚ ਬਰਾਬਰੀ ਦਾ ਦਰਜਾ ਦਵਾ ਸਕਦੇ ਹਾਂ ਕਿਸ ਤਰ੍ਹਾਂ ਸਮਾਜ ਦੇ ਵਿੱਚ ਓਪਰਚੁਨਿਟੀ ਦਵਾ ਸਕਦੇ ਹਾਂ ਘਾਟ ਪੂਰੀ ਨਹੀਂ ਹੋ ਸਕਦੀ ਇਰਰਿਪੇਅਰੇਬਲ ਲੋਸ ਹੈ ਇਹਨੂੰ ਦੁਨੀਆ 'ਚ ਕੋਈ ਵੀ ਪੂਰਾ ਨਹੀਂ ਕਰ ਸਕਦਾ ਇਹ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਹਰੇਕ ਨੂੰ ਰਾਜ਼ੀ ਰਹਿਣਾ ਪਊ ਲੇਕਿਨ ਉਹ ਬੋਝ ਚੁੱਕ ਸਕਦੇ ਹਾਂ ਹੱਥ ਬਣਾ ਸਕਦੇ ਹਾਂ ਔਰ ਇਸ ਬੋਝ ਦੇ ਹਿੱਸੇਦਾਰ ਬਣ ਸਕਦੇ ਹਾਂ ਔਰ ਜੇ ਜਿੰਨੇ ਤੋਂ ਜ਼ਿਆਦਾ ਲੋਕ ਇਹ ਬੋਝ ਚੁੱਕਣਗੇ ਮੈਂ ਸਮਝਦਾ ਇਹਨਾਂ ਦਾ ਬੋਝ ਹਲਕਾ ਹੋ ਸਿੱਧੂ ਸਾਹਿਬ ਤੁਸੀਂ ਬੜਾ ਵਧੀਆ ਪ੍ਰਯਾਸ ਕੀਤਾ ਬੱਚੇ ਗੋਦ ਲਿੱਤੇ ਜਾਂ ਸਰਕਾਰ ਵੱਲੋਂ ਕੀਤੇ ਗਏ ਕਿਆ ਸਮਝਦੇ ਕਿ ਹੋਰ ਰਾਜਨੀਤਿਕ ਜਿਹੜੇ ਲੋਕ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹਜੇ ਵੇਖੋ ਹਰ ਆਦਮੀ ਦੀ ਆਪਣੀ ਇੱਕ ਸੋਚ ਹੁੰਦੀ ਹੈ ਮੈਂ ਇਹ ਮੰਨਦਾ ਕਿ ਇਹ ਮੇਰਾ ਪਰਿਵਾਰ ਹੈ ਜੇ ਮੈਂ ਇਹਨੂੰ ਪਰਿਵਾਰ ਨਾ ਮੰਨਦਾ ਤੇ 37 ਸਾਲ ਮੈਂ ਪਟਿਆਲੇ ਰਿਹਾ ਵੱਡੇ ਵੱਡੇ ਪ੍ਰਲੋਭਨ ਸੀ ਇੰਗਲੈਂਡ ਦੀਆਂ ਆਫਰਾਂ ਸੀ ਕਦੇ ਨਹੀਂ ਨਿਕਲਿਆ ਲੇਕਿਨ ਜਦੋਂ ਤੁਸੀਂ ਰਾਜਨੀਤੀ ਦੇ ਵਿੱਚ ਆਉਂਦੇ ਹੋ ਤਾਂ ਫਿਰ ਜਵਾਬਦੇਹੀ ਹੋ ਜਾਂਦੇ ਹੋ ਔਰ ਮੈਨੂੰ ਯਾਦ ਹੈ ਕਿ ਇੱਥੇ ਮੈਨੂੰ ਜਿੱਦਣ ਮੈਂ ਪਹਿਲੇ ਦਿਨ ਆਇਆ ਸੀ ਇਲੈਕਸ਼ਨ ਲੜਨ ਪਾਰਟੀਆ ਸਾਹਿਬ ਨਾਲ ਅਤੇ ਮੈਨੂੰ ਕਿਸੇ ਨੇ ਮਾਈਗ੍ਰੇਟਰੀ ਬਰਡ ਕਿਹਾ ਸੀ ਕਾਕਾ ਇੱਕ ਮਿੰਟ ਚੁੱਪ ਕਰੇਗਾ ਯਾਰ ਅਤੇ ਮੈਨੂੰ ਕਿਸੇ ਨੇ ਮਾਈਗ੍ਰੇਟਰੀ ਬਰਡ ਕਿਹਾ ਸੀ ਅਤੇ ਉਹ ਅਲਫਾਜ਼ ਇੰਨੇ ਕੁ ਕੌੜੇ ਲੱਗੇ ਕਿ ਉਦੋਂ ਅੰਜਲੀ 'ਚ ਜਲ ਲੈ ਕੇ ਇੱਕ ਵਚਨ ਦਿੱਤਾ ਸੀ ਅੰਮ੍ਰਿਤਸਰ ਨੂੰ ਕਿ ਦੁਨੀਆ ਇੱਧਰ ਹੋ ਜੇ ਉਹਦੇ ਅੰਮ੍ਰਿਤਸਰ ਨਹੀਂ ਛੱਡੂੰਗਾ ਬੜੇ ਇਹੋ ਜਿਹੀਆਂ ਗੱਲਾਂ ਆਈਆਂ ਕੁਰੂਕਸ਼ੇਤਰੋਂ ਇਲੈਕਸ਼ਨ ਲੜ ਲੈ ਫਲਾਨਾ ਲੜ ਲੈ ਲੇਕਿਨ ਮੈਂ ਇਸ ਗੁਰੂ ਦੇ ਦਰ ਨੂੰ ਕਦੇ ਨਹੀਂ ਛੱਡਿਆ ਇੱਕ ਵਚਨ ਕੱਲ੍ਹ ਦਿੱਤਾ ਕਿ ਇਸ ਜਿੰਨੇ ਵੀ ਇਸ ਸਟ੍ਰੈਟਜੀ ਦੇ ਵਿਕਟਿਮਸ ਨੇ ਚਾਹੇ ਉਹ ਛੋਟੇ ਬੱਚੇ ਨੇ ਚਾਹੇ ਬਜ਼ੁਰਗ ਨੇ ਕੋਈ ਨੇ ਉਹ ਮੇਰਾ ਪਰਿਵਾਰ ਨੇ ਔਰ ਉਹਨਾਂ ਦੀ ਜ਼ਿੰਮੇਵਾਰੀ ਮੈਂ ਲੈਣਾ ਜਿੱਥੇ ਜਿੱਥੇ ਪ੍ਰਯਾਸ ਕਰ ਰਹੇ ਹੋ ਤੁਸੀਂ ਮੈਂ ਤੁਹਾਡੇ ਪ੍ਰਯਾਸ ਦੀ ਅਹਿਮੀਅਤ ਕਰਨਾ ਤੁਸੀਂ ਵਧੀਆ ਕੰਮ ਕਰ ਰਹੇ ਹੋ ਕਿ ਹੋਰ ਵੀ ਰਾਜਨੀਤਿਕ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਜਿੰਨੇ ਰਾਜਨੀਤਿਕ ਲੋਕ ਅੱਗੇ ਆਣਗੇ ਜਿੰਨੇ ਸਮਾਜ ਸੇਵੀ ਲੋਕ ਅੱਗੇ ਆਣਗੇ ਇਹ ਬੋਝ ਹਲਕਾ ਹੁੰਦਾ ਜਾਊਗਾ ਹੋਰ ਵੀ ਬੜੇ ਲੋਕ ਇਹੋ ਜਿਹੇ ਨੇ ਜਿਹੜੇ ਐਸੇ ਕੰਮ ਕਰ ਰਹੇ ਨੇ ਜ਼ਰੂਰੀ ਨਹੀਂ ਕਿ ਇਹ ਦਿਖਾਇਆ ਜਾਵੇ ਕਈ ਲੋਕ ਬਿਲਕੁਲ ਹੀ ਨਹੀਂ ਦਿਖਾਉਂਦੇ ਪਰ ਇਹ ਇਹੋ ਜਿਹਾ ਮੌਕਾ ਸੀ ਕਿ ਇੱਥੇ ਉਦੋਂ ਕਿਹਾ ਗਿਆ ਵੈਸੇ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਆ ਮੈਂ ਵੀ ਜਦੋਂ ਇਹੋ ਜਿਹੇ ਕੋਈ ਕੰਮ ਕਰਦਾ ਤਾਂ ਖੱਬੇ ਹੱਥ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਸੱਜੇ ਨੇ ਕੀਤਾ ਕੀ ਹੈ ਉਹ ਮਹੱਤਵ ਹੈ ਪਰ ਫਿਰ ਵੀ ਇਹ ਜ਼ਿੰਮੇਵਾਰੀ ਹੈ ਇੱਕ ਚੁਣੇ ਨੁਮਾਇੰਦੇ ਦੀ ਇਹ ਜ਼ਿੰਮੇਵਾਰੀ ਹੈ ਕਿ ਉਹਦਾ ਜਿਹੜਾ ਵਿਸ਼ਵਾਸ ਹੈ ਹਮੇਸ਼ਾ ਬਰਕਰਾਰ ਰਹੇ ਔਰ ਇਹੋ ਜਿਹੀ ਮੁਸੀਬਤ ਦੇ ਵਿੱਚ ਇਹੋ ਜਿਹੀ ਮੁਸੀਬਤ ਦੇ ਵਿੱਚ ਹਰ ਬੰਦਾ ਨਾਲ ਖੜਾ ਹੋ ਕੇ ਕੰਮ ਆਵੇ ਜਿਹੜੇ ਰਾਜਨੀਤੀ ਕਰ ਰਹੇ ਨੇ ਲਾਸ਼ਾਂ 'ਤੇ ਰਾਜਨੀਤੀ ਕਰਨੀ ਉਹਨਾਂ ਨੂੰ ਮਹਿੰਗੀ ਪਏਗੀ ਕਿਉਂਕਿ ਅਖੀਰ ਦੇ ਵਿੱਚ ਫੈਸਲਾ ਲੋਕਤੰਤਰ ਦੇ ਵਿੱਚ ਲੋਕਾਂ ਦੇ ਹੱਥ ਹੁੰਦਾ ਅਤੇ ਲੋਕਾਂ ਨੇ ਫਿਰ ਜਦੋਂ ਇਹਦਾ ਅੰਜਾਮ ਦਿਖਾਉਣਾ ਹੈ ਅੰਜਾਮ ਤੱਕ ਲਿਜਾਣਾ ਹੈ ਉਹ ਲੋਕਾਂ ਨੂੰ ਚੰਗਾ ਲੱਗ ਕਿਉਂਕਿ ਇਹ ਬੜੀ ਸਾਫ਼ ਜਿਹੀ ਚੀਜ਼ ਹੈ ਉਂਗਲਾਂ ਚੱਕਣੀਆਂ ਬੜੀਆਂ ਸੌਖੀਆਂ ਨੇ ਲੇਕਿਨ ਇਹ ਦੁੱਖ ਵੰਡਾਉਣੇ ਬੜੇ ਔਖੇ ਨੇ ਇਹਨਾਂ ਦੇ ਲਈ ਅਸੀਂ ਕੀ ਸੋਚਦੇ ਹਾਂ ਕਿਸ ਤਰ੍ਹਾਂ ਇਹਨਾਂ ਹਾਦਸਿਆਂ ਨੂੰ ਪ੍ਰੀਵੈਂਟ ਕਰ ਸਕੀਏ ਦੇਖੋ ਇਹ ਇਸ ਹਾਦਸੇ ਦੇ ਵਿੱਚੋਂ ਇੱਕ ਬਹੁਤ ਵੱਡਾ ਲੈਸਨ ਹੈ ਉਹ ਲੈਸਨ ਇਹ ਹੈ ਕਿ 50,000 ਮੌਤਾਂ ਹੋ ਚੁੱਕੀਆਂ ਪਿਛਲੇ  3 ਸਾਲਾਂ ਦੇ ਵਿੱਚ ਰੇਲਵੇ ਐਕਸੀਡੈਂਟ ਦੇ ਨਾਲ ਨਹੀਂ ਨਹੀਂ ਸਾਰੇ ਪੈਨ ਇੰਡੀਆ 50,000 ਮੌਤਾਂ ਉਹ ਕਿਉਂ ਹੁੰਦੀਆਂ ਨੇ ਕੀ ਰੇਲਵੇ ਦੀ ਫੈਂਸਿੰਗ ਜ਼ਰੂਰੀ ਹੈ ਹੈਂ ਕੀ ਸਾਨੂੰ ਉਂਗਲਾਂ ਚੱਕਣ ਤੋਂ ਬਿਨਾਂ ਇਹ ਸੋਚਣਾ ਚਾਹੀਦਾ ਵੀ ਭਾਈ ਇਹ ਸਾਰੇ ਪੰਜਾਬ ਦੇ ਵਿੱਚ ਮੈਂ ਅੱਜ ਆਪਣੇ ਡਿਪਾਰਟਮੈਂਟ ਨੂੰ ਕਿਹਾ ਕਿ ਮੈਨੂੰ ਇਹ ਮੁਹੱਈਆ ਕਰਾਉਣ ਕਿ ਕਿੰਨੀਆਂ ਥਾਵਾਂ ਦੇ ਉੱਤੇ ਪਰਮਿਸ਼ਨਾਂ ਦਿੱਤੀਆਂ ਸੀਗੀਆਂ ਹਾਂਜੀ ਅਤੇ ਜੇ ਪਰਮਿਸ਼ਨਾਂ ਨਹੀਂ ਦਿੱਤੀਆਂ ਸੀਗੀਆਂ ਤਾਂ ਫਿਰ ਉੱਥੇ ਲੱਗਣ ਕਿਉਂ ਦਿੱਤਾ ਦੇਖੋ ਕੋਈ ਇਸ ਰਿਸਪੋਂਸੀਬਿਲਿਟੀ ਤੋਂ ਭੱਜ ਨਹੀਂ ਸਕਦਾ ਰਾਈਟ
ਤੇ ਕਿਸੇ ਇੰਡੀਵਿਜੂਅਲ ਦੇ ਉੱਤੇ ਤੁਸੀਂ ਦੋਸ਼ ਦੇ ਨਹੀਂ ਸਕਦੇ ਕਿਉਂਕਿ ਇਹ ਸਿਸਟਮ ਦਾ ਕਸੂਰ ਹੈ। ਔਰ ਅਗਰ ਇੰਡੀਵਿਜੂਅਲ ਦੀ ਉਹ ਗੱਲ ਹੈ ਤੇ ਫਿਰ ਉਸ ਡਰਾਈਵਰ ਦੇ ਬਾਰੇ ਵੀ ਰੇਲਵੇ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਹੈ ਜੇ ਕੱਲ ਨੂੰ ਕੋਈ ਹਾਦਸਾ ਹੁੰਦਾ ਹੈ ਤੇ ਉੱਥੇ ਦਾ ਜਿਹੜਾ ਵਿਧਾਇਕ ਹੈ ਉਹ ਹਾਦਸੇ ਤੋਂ ਯਾਰ ਮੈਂ ਤੇ ਕੇਰਲਾ ਦੇ ਵਿੱਚ ਆ, ਹੁਣ ਕਾਸ਼ੀ ਦੇ ਵਿੱਚ ਪੁਲ ਟੁੱਟਿਆ ਸੀ, ਕਿੰਨੀਆਂ ਮੌਤਾਂ ਹੋਈਆਂ, ਤੇ ਫਿਰ ਪ੍ਰਾਈਮ ਮਿਨਿਸਟਰ ਨੂੰ ਜ਼ਿੰਮੇਵਾਰ ਮੰਨ ਲਿਆ, ਉਹਦੇ FIR ਦਰਜ ਕਰਾ ਦਿਓਗੇ? ਇਹ ਕੋਈ ਗੱਲ ਥੋੜਾ ਨਾ ਹੋਈ। ਮਤਲਬ ਅਖੀਰ ਦੇ ਵਿੱਚ ਰਾਸ਼ਨੈਲ ਇਹ ਹੈ ਕਿ ਅਗਰ ਹਾਦਸਾ ਐਕਸੀਡੈਂਟ ਹੈ ਜਾਂਚ ਹੋਣੀ ਚਾਹੀਦੀ ਹੈ, ਔਰ ਉਸ ਤੋਂ ਬਾਅਦ ਉਹਦੇ ਉੱਤੇ ਮਤਲਬ ਇੱਕ ਪ੍ਰੀਵੈਂਟਿਵ ਮੈਕੇਨਿਜ਼ਮ ਹੋਣਾ ਚਾਹੀਦਾ। ਵੇਖੋ ਜੋ ਕੁਛ ਵੀ ਹੋਇਆ ਇਹਦੇ ਤੋਂ ਸਿੱਖ ਲੈਣੀ ਚਾਹੀਦੀ ਹੈ, ਸੇਧ ਲੈਣੀ ਚਾਹੀਦੀ ਹੈ, ਭਰਪਾਈ ਕੋਈ ਕਰ ਨਹੀਂ ਸਕਦਾ, ਇਹਨਾਂ ਦਾ ਇਹਨਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਇਹ ਜਿਹੜੇ ਮਤਲਬ ਕਸ਼ਤੀਗ੍ਰਸਤ ਪਰਿਵਾਰ ਨੇ ਇਹਨਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਵੇਖੋ ਜਿਹਦੀ ਮਰਜ਼ੀ ਜ਼ਮੀਨ ਹੋਵੇ, ਪੁਲਿਸ ਨੇ ਪਰਮਿਸ਼ਨ ਦਿੱਤੀ, ਪੁਲਿਸ ਨੇ ਪਰਮਿਸ਼ਨ ਦਿੱਤੀ, ਜਿੱਥੇ ਉਹ ਜ਼ਮੀਨ ਸੀ ਚਾਹੇ ਉਹ ਟਰੱਸਟ ਦੀ ਸੀ ਚਾਹੇ ਉਹ ਕਾਰਪੋਰੇਸ਼ਨ ਦੀ ਸੀ, ਉੱਥੇ ਹਾਦਸਾ ਨਹੀਂ ਹੋਇਆ। ਹਾਦਸਾ ਹੁੰਦਾ ਹੈ GRP ਦੇ ਏਰੀਏ 'ਚ, ਉੱਥੇ ਗਾਰਡ ਰੇਲਵੇ ਦੇ, ਉੱਥੇ ਟ੍ਰੇਨ ਰੇਲਵੇ ਦੀ, ਉੱਥੇ ਪੈਟਰੋਲਿੰਗ ਰੇਲਵੇ ਦੀ, ਉੱਥੇ ਪੁਲਿਸ ਰੇਲਵੇ ਦੀ, ਉੱਥੇ ਸਭ ਕੁਛ ਰੇਲਵੇ ਦਾ, ਉੱਥੇ ਫਾਟਕ ਰੇਲਵੇ ਦੇ, ਉੱਥੇ ਤੁਸੀਂ ਮਤਲਬ ਤੁਹਾਡੀ ਕੋਈ ਜੁਰਿਸਡਿਕਸ਼ਨ ਨਹੀਂ, ਉੱਥੇ FIR ਵੀ ਰੇਲਵੇ ਦੀ, ਅਤੇ ਫਿਰ ਜਵਾਬ ਉਹ ਦੇਣ। ਅਸੀਂ ਇਹ ਨਹੀਂ ਕਹਿ ਰਹੇ ਕਿ ਕੋਈ ਕਿਸੇ ਨੇ ਜਾਣ ਬੁੱਝ ਕੇ ਕੀਤਾ ਜਾਂ ਕੋਈ, ਜਵਾਬ ਉਹਨਾਂ ਨੂੰ ਦੇਣੇ ਪੈਣੇ ਆ ਇਸ ਗੱਲ ਦੇ, ਤੁਸੀਂ ਸਮਝ ਲਓ ਮੇਰੀ ਗੱਲ ਨੂੰ। ਇਹ ਕੋਈ ਇਹ ਉਂਗਲਾ ਚੱਕਣ ਦਾ ਸਮਾਂ ਨਹੀਂ। ਮੈਂ ਫਿਰ ਇੱਕ ਰਿਕੁਐਸਟ ਕੀਤੀ ਸੀ ਪਹਿਲੇ ਦਿਨ ਤੋਂ, ਪਰ ਇਹ ਹਟੇ ਨਹੀਂ, ਇਸ ਕਰਕੇ ਮੈਂ ਜਵਾਬ ਦਿੱਤੇ ਹੈ। ਲੇਕਿਨ ਅਖੀਰ ਦੇ ਵਿੱਚ ਗੱਲ ਇੱਥੇ ਆਊਗੀ ਕਿ ਐਡਾ ਵੱਡਾ ਹਾਦਸਾ ਹੋ ਗਿਆ, ਇਸ ਹਾਦਸੇ ਨੂੰ ਇਹ ਨਹੀਂ ਹੈ ਕਿ ਪਹਿਲੀ ਵਾਰ ਹੋਇਆ, ਇਹ ਹਾਦਸਾ ਪਹਿਲਾਂ ਤੋਂ ਹੁੰਦੇ ਆਏ ਆ, ਇਹੋ ਜਿਹੇ ਕਿੰਨੇ ਹੋਰ ਹਾਦਸੇ ਹੋ ਚੁੱਕੇ ਆ, ਇਹਨੂੰ ਅਸੀਂ ਕਿਸ ਤਰ੍ਹਾਂ ਪ੍ਰੀਵੈਂਟ ਕਰ ਸਕਦੇ ਹਾਂ, ਕਿਸ ਤਰ੍ਹਾਂ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰੋਕ ਸਕਦੇ ਹਾਂ। ਪ੍ਰਸ਼ਾਸਨ ਹੋਵੇ, ਪੁਲਿਸ ਹੋਵੇ, ਰੇਲਵੇ ਹੋਵੇ, ਉਹ ਕਿਸ ਤਰ੍ਹਾਂ ਮਿਲ ਜੁਲ ਕੇ ਇੱਕ ਐਸੀ ਯੋਜਨਾਬੱਧ ਨੀਤੀ ਬਣਾਉਣ, ਪੋਲਿਸੀ ਬਣਾਉਣ, ਜਿਹਦੇ ਤਹਿਤ ਰੇਲ ਲਾਈਨ ਦੇ ਉੱਤੇ ਕੋਈ ਚੜ੍ਹੇ ਨਾ। ਟ੍ਰੈਸਪਾਸਿੰਗ ਤਾਂ ਹੈ, ਲੇਕਿਨ ਟ੍ਰੈਸਪਾਸਿੰਗ ਸਾਰੇ ਪੰਜਾਬ 'ਚ ਹੁੰਦੀ ਆਈ ਹੈ, ਕਿੱਥੇ ਨਹੀਂ ਹੁੰਦੀ ਪੰਜਾਬ ਦੇ? ਮੈਂ ਤੁਹਾਨੂੰ ਕੱਲ੍ਹ ਇਹੀ ਦਿਖਾਈ ਹੈ, DMU ਜਿਹੜੀ ਖੜੀ ਹੈ ਅੱਧਾ ਘੰਟਾ ਹੌਰਨ ਮਾਰਦੀ ਰਹੀ ਹੈ ਅਤੇ ਉੱਥੋਂ 5000 ਬੰਦਾ ਲੰਘਿਆ, ਅਤੇ ਕਦੇ ਕੋਈ ਹੱਥ ਦੇ ਕੇ ਨਿਕਲ ਰਿਹਾ, ਕਦੇ ਕੁਛ ਨਿਕਲ ਕੇ ਦੇ ਰਿਹਾ। ਇਹੀ ਗੱਡੀ 30 ਦੇ ਉੱਤੇ ਚੱਲਦੀ ਹੈ, ਜਾਂ ਤਾਂ ਤੁਸੀਂ ਬਿਲਕੁਲ ਕਿਤੇ ਕਿਸੇ ਨੂੰ ਖੜ੍ਹਨਾ ਦਿਓ। 21 ਫਾਟਕਾਂ ਦੇ ਉੱਤੇ ਰਾਵਣ ਫੋਕੇ ਨੇ ਪੰਜਾਬ ਦੇ ਵਿੱਚ, ਲੁਧਿਆਣੇ 30 'ਤੇ ਜਾਂਦੀ ਹੈ, ਇੱਥੇ 130 'ਤੇ ਜਾਂਦੀ ਹੈ। ਇਹ ਗੱਲਾਂ ਸਮਝ ਨਹੀਂ ਆਉਂਦੀਆਂ, ਔਰ ਇਹ ਗੱਲਾਂ ਬੜੀਆਂ ਬੜੇ ਵੱਡੇ ਸਵਾਲ ਉੱਠਦੇ। ਫਿਰ ਰੇਲਵੇ ਦਾ ਡਰਾਈਵਰ ਇਹ ਕਹਿੰਦਾ ਕਿ ਜੀ ਮੈਨੂੰ ਕਿਸੇ ਨੇ ਵੱਟੇ ਮਾਰੇ ਸੀ। ਲਓ ਦੱਸੋ, ਗੱਡੀ 1 ਸਕਿੰਟ 'ਚ ਲੰਘ ਗਈ, ਤੈਨੂੰ ਵੱਟਾ ਕਿਹਨੇ ਮਾਰਿਆ? ਅਤੇ ਜੇ ਕੋਈ ਉਹਦੇ ਵਿੱਚ ਬੰਦੇ ਬੈਠੇ ਹੁੰਦੇ ਤਾਂ ਉਹ ਰੌਲਾ ਨਾ ਪਾਉਂਦੇ? ਇਹ ਚੁੱਪ ਚੁੱਪੀ ਤਾਂ ਕਿੱਦਾਂ ਹੋ ਗਿਆ? ਮਤਲਬ ਜੇ ਉਸ ਗੱਡੀ ਦੇ ਵਿੱਚ ਬੰਦੇ ਬੈਠੇ ਸੀਗੇ ਅਤੇ ਔਰ ਇੰਨੇ ਲੋਕ ਕੁਚਲੇ ਗਏ, ਮੈਂ ਕਹਿੰਦਾ ਕੋਈ ਜਾਨਵਰ ਅੱਗੇ ਆ ਜਾਂਦਾ, ਕੋਈ ਗਾਂ ਮਰ ਜਾਂਦੀ ਹੈ ਅਤੇ ਗੱਡੀ ਰੁਕਦੀ ਹੈ, ਰੁਕ ਕੇ ਫਿਰ ਉਹ ਨਾਲ ਲੈ ਕੇ ਜਾਂਦੇ ਰਹੇ, ਅਤੇ ਇੱਥੇ 50-60 ਬੰਦੇ ਹਲਾਕ ਹੋ ਗਏ ਅਤੇ ਰੁਕਿਆ ਨਹੀਂ। ਫਿਰ ਉੱਥੇ ਜਾ ਕੇ ਉਹਨੂੰ ਇਹ ਨਹੀਂ ਪਤਾ ਲੱਗਿਆ ਗੱਡੀ ਖੂਨ ਨਾਲ ਭਰੀ ਸੀ, ਉਹਨੂੰ ਇਹ ਨਹੀਂ ਪਤਾ ਲੱਗਿਆ ਉਹਨੇ ਕਿੱਥੇ ਕੰਪਲੇਂਟ ਲਿਖਾਈ? ਜੇ ਉਹਨੇ ਕੰਪਲੇਂਟ ਨਾ ਲਿਖਾਈ, ਜਿਹੜੇ ਅੰਦਰ ਬੰਦੇ ਸੀਗੇ 4 ਸੀ 5 ਸੀ, ਉਹ ਕੌਣ ਸੀ ਜਿਹੜੇ 30 ਵਾਲੀ ਗੱਡੀ ਨੂੰ 130 ਦੇ ਉੱਤੇ ਲੈ ਗਏ? ਸੋ ਇਹ ਮਤਲਬ ਕੁਛ ਸਵਾਲ ਨੇ ਜਿਹੜੇ ਉੱਠਦੇ ਨੇ, ਪ੍ਰਸ਼ਾਸਨ 'ਤੇ ਵੀ ਉੱਠਦੇ ਨੇ, ਰੇਲਵੇ 'ਤੇ ਵੀ ਉੱਠਦੇ ਨੇ। ਇੱਕਜੁੱਕ ਹੋ ਕੇ ਇਸ ਸਮੱਸਿਆ ਦਾ ਸਮਾਧਾਨ ਕਰੀਏ, ਔਰ ਆਉਣ ਵਾਲੀ ਗ੍ਰਸਤ ਨਾ ਹੋਈ ਕੋਈ ਇਸ ਤਰ੍ਹਾਂ, ਮਤਲਬ ਕਿਸੇ ਨੂੰ ਇਹੋ ਜਿਹੀ ਜਾਨ ਤੋਂ ਹੱਥ ਤੋਂ ਨਾ ਧੋਣਾ ਪਵੇ, ਕੋਈ ਇਹਦੇ 'ਤੇ ਪੂਰਨ ਵਿਰਾਮ ਲਾਈਏ, ਫੁੱਲ ਸਟੋਪ ਲਾਈਏ ਇਹੋ ਜਿਹੀ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ 1 ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ। ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ। ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ। ਸੰਪਰਕ ਕਰੋ 97817 71820।